ਯੁਵਰਾਜ ਸਿੰਘ ਜੀ, ਉਹ ਮੇਰੇ ਬੇਟੇ ਨੂੰ ਟ੍ਰੇਨਿੰਗ ਕਰਾਉਂਦੇ ਪਏ, ਨੈਚੁਰਲ ਫਿਰ ਰਿਜ਼ਲਟ ਤਾਂ ਅੱਛਾ ਆਏਗਾ। ਯੁਵਰਾਜ ਸਿੰਘ ਜੀ ਕਿਤੇ ਵੀ ਹੁੰਦੇ ਸੀ ਨਾ, ਉਹਨੂੰ ਆਪਣੇ ਕੋਲ ਬੁਲਾ ਲੈਂਦੇ ਸੀ ਜਦੋਂ ਇਹ ਫਰੀ ਹੁੰਦਾ ਸੀ। ਔਰ ਉਹਨਾਂ ਨੇ ਬੜੀ ਦੂਰ ਦੂਰ ਵੀ ਇਹਨੂੰ ਟ੍ਰੇਨਿੰਗ ਕਰਾਈ, ਕਦੀ ਚੇਨਈ 'ਚ, ਕਦੀ ਗੋਆ, ਕਦੀ ਦੁਬਈ, ਕਦੀ ਬੰਬੇ, ਕਦੀ ਗੁੜਗਾਓਂ, ਇੱਦਾਂ ਹਰ ਡਿਫਰੈਂਸ ਗਰਾਊਂਡਾਂ 'ਚ ਇਹਨੂੰ ਪ੍ਰੈਕਟਿਸ ਕਰਾਉਂਦੇ। ਉਹਨਾਂ ਨੇ ਆਪਣੀ ਸਾਰੀ ਟੀਮ ਇਹਦੇ ਨਾਲ ਲਾਈ ਸੀ ਔਰ ਟਾਈਮ ਟੂ ਟਾਈਮ ਸਾਰੀ ਪ੍ਰੈਕਟਿਸ ਉਹ ਕਰਾਉਂਦੇ ਸੀ। ਔਰ ਉਹ ਖੁਦ ਆਪ ਉੱਪਰ ਖਲੋ ਕੇ ਇਹਨੂੰ ਬੜੀ ਬੈਟਿੰਗ ਕਰਾਉਂਦੇ ਸੀ ਔਰ ਇਹਦੀ ਹਰ ਗਲਤੀ ਨੂੰ ਦੱਸਣਾ। ਅਤੇ ਉਹਨਾਂ ਨੇ ਆਪਣੇ ਫਾਦਰ ਸਾਹਿਬ ਦੀ ਵੀ ਡਿਊਟੀ ਲਗਾਈ ਸੀ, ਯੋਗਰਾਜ ਸਿੰਘ ਜੀ ਦੀ। ਉਹਨਾਂ ਨੇ ਇਹਨੂੰ ਆਪਣੇ ਕੋਲ ਬੁਲਾ ਕੇ ਟ੍ਰੇਨਿੰਗ ਕਰਾਉਂਦੇ ਸੀ ਔਰ ਉਹ ਪ੍ਰੈਕਟਿਸ ਜਿਹੜੀ ਹਾਰਡਵਰਕ ਕਰਾਇਆ ਉਹਦਾ ਰਿਜ਼ਲਟ ਆਇਆ। ਮੈਂ ਉਹਨਾਂ ਦਾ ਥੈਂਕਸ ਕਰਨਾ, ਉਹਨਾਂ ਦਾ ਹੱਥ ਜੋੜ ਕੇ ਨਮਸਕਾਰ ਕਰਨਾ। ਦੇਖੋ ਜੀ, ਯੁਵਰਾਜ ਸਿੰਘ ਜੀ ਦਾ ਬੜਾ ਯੋਗਦਾਨ ਹੈ ਇੱਥੇ। ਉਹਨਾਂ ਨੇ ਇਹਨੂੰ ਬਹੁਤ ਟ੍ਰੇਨਿੰਗ ਕਰਾਈ ਆ ਔਰ ਉਹਨਾਂ ਦਾ ਹੀ ਅੱਜ ਤੱਕ ਉਹਦਾ ਉਹਨਾਂ ਕਰਕੇ ਹੀ ਇੰਨਾ ਵੱਡਾ ਰਿਜ਼ਲਟ ਆਇਆ। ਔਰ ਉਹਨਾਂ ਨੇ ਆਪਣੀ ਪੂਰੀ ਜਿੰਨੀ ਵੀ ਉਹਨਾਂ ਦੀ ਟੀਮ ਹੈ ਇੱਕ, ਜਿਹੜੀ ਯੁਵਰਾਜ ਸਿੰਘ ਨੂੰ ਟ੍ਰੇਨਿੰਗ ਕਰਾਉਂਦੀ ਸੀ, ਕੋਈ ਰਨਿੰਗ ਕਰਾਉਂਦੀ ਸੀ, ਕੋਈ ਮੈਡੀਟੇਸ਼ਨ ਕਰਾਉਂਦੇ ਸੀ, ਸਵਿਮਿੰਗ ਕਰਾਉਂਦੇ ਸੀ, ਜਿੰਮ ਕਰਾਉਂਦੇ ਸੀ, ਉਹਨਾਂ ਨੇ ਆਪਣੀ ਸਾਰੀ ਟੀਮ ਇਹਦੇ ਨਾਲ ਲਾਈ ਸੀ ਔਰ ਟਾਈਮ ਟੂ ਟਾਈਮ ਸਾਰੀ ਪ੍ਰੈਕਟਿਸ ਉਹ ਕਰਾਉਂਦੇ ਸੀ ਔਰ ਉਹ ਖੁਦ ਆਪ ਉੱਪਰ ਖਲੋ ਕੇ ਇਹਨੂੰ ਬੜੀ ਬੈਟਿੰਗ ਕਰਾਉਂਦੇ ਸੀ ਔਰ ਇਹਦੀ ਹਰ ਗਲਤੀ ਨੂੰ ਦੱਸਣਾ, ਫਿਰ ਇਹਨੂੰ ਇੰਟਰਨੈਸ਼ਨਲ ਲੈਵਲ ਦਾ ਐਕਸਪੀਰੀਅੰਸ ਦੇਣਾ ਔਰ ਹਰ ਸਟਾਈਲ ਦੱਸਣਾ। ਔਰ ਉਹਨਾਂ ਨੇ ਹਰ ਟਾਈਮ ਇਹਨੂੰ ਆਪਣੇ ਕੋਲ ਫੋਨ ਕਰਕੇ ਪੁੱਛਣਾ, ਅਗਰ ਬਾਹਰ ਵੀ ਗਏ ਸੀ ਨਾ ਉੱਥੋਂ ਵੀ ਫੋਨ ਕਰਕੇ ਪੁੱਛਣਾ ਵੀ ਅੱਜ ਤੇਰਾ ਕੀ ਸ਼ਡਿਊਲ ਹੈ। ਸੈਕਿੰਡ, ਉਹਨਾਂ ਨੇ ਆਪਣਾ ਸ਼ਡਿਊਲ ਜਦੋਂ ਬਾਹਰ ਆਉਣਾ ਅਤੇ ਅਗਰ ਕਹਿੰਦਾ ਅਭਿਸ਼ੇਕ ਅੱਜ ਫਰੀ ਹੈਗਾ, ਅਤੇ ਉਹਨਾਂ ਨੇ ਆਪਣੇ ਫਾਦਰ ਸਾਹਿਬ ਦੀ ਵੀ ਡਿਊਟੀ ਲਗਾਈ ਸੀ, ਯੋਗਰਾਜ ਸਿੰਘ ਜੀ ਦੀ, ਜਿਹੜੇ ਬੜੇ ਵਧੀਆ ਕੋਚ ਨੇ, ਉਹਨਾਂ ਕੋਲ ਬਹੁਤ ਭੰਡਾਰ ਆ ਕੋਚਿੰਗ ਦਾ। ਉਹਨਾਂ ਨੇ ਇਹਨੂੰ ਆਪਣੇ ਕੋਲ ਬੁਲਾ ਕੇ ਟ੍ਰੇਨਿੰਗ ਕਰਾਉਂਦੇ ਸੀ, ਫਿਰ ਜਦੋਂ ਫਰੀ ਟਾਈਮ ਹੁੰਦਾ ਸੀ ਉਹਨਾਂ ਕੋਲ ਚਲ ਜਾਂਦਾ ਸੀ, ਜਾਂ ਯੁਵਰਾਜ ਸਿੰਘ ਜੀ ਕਿਤੇ ਵੀ ਹੁੰਦੇ ਸੀ ਨਾ, ਉਹਨੂੰ ਆਪਣੇ ਕੋਲ ਬੁਲਾ ਲੈਂਦੇ ਸੀ ਜਦੋਂ ਇਹ ਫਰੀ ਹੁੰਦਾ ਸੀ। ਔਰ ਉਹਨਾਂ ਨੇ ਬੜੀ ਦੂਰ ਦੂਰ ਵੀ ਇਹਨੂੰ ਟ੍ਰੇਨਿੰਗ ਕਰਾਈ, ਕਦੀ ਚੇਨਈ 'ਚ, ਕਦੀ ਗੋਆ, ਕਦੀ ਦੁਬਈ, ਕਦੀ ਬੰਬੇ, ਕਦੀ ਗੁੜਗਾਓਂ, ਇੱਦਾਂ ਹਰ ਡਿਫਰੈਂਸ ਗਰਾਊਂਡਾਂ 'ਚ ਇਹਨੂੰ ਪ੍ਰੈਕਟਿਸ ਕਰਾਉਂਦੇ ਸੀ ਔਰ ਉਹ ਪ੍ਰੈਕਟਿਸ ਜਿਹੜੀ ਹਾਰਡਵਰਕ ਕਰਾਇਆ ਉਹਦਾ ਰਿਜ਼ਲਟ ਆਇਆ। ਮੈਂ ਉਹਨਾਂ ਦਾ ਥੈਂਕਸ ਕਰਦਾ, ਉਹਨਾਂ ਦਾ ਹੱਥ ਜੋੜ ਕੇ ਨਮਸਕਾਰ ਕਰਦਾ ਕਿ ਐਡੇ ਵੱਡੇ ਮਹਾਨ ਪਲੇਅਰ ਜਿਹੜੇ ਜਿਨ੍ਹਾਂ ਨੇ ਵਰਲਡ 'ਚ ਨਾਂ ਪੈਦਾ ਕੀਤਾ, ਯੁਵਰਾਜ ਸਿੰਘ ਜੀ, ਉਹ ਮੇਰੇ ਬੇਟੇ ਨੂੰ ਟ੍ਰੇਨਿੰਗ ਕਰਾਉਂਦੇ ਪਏ, ਨੈਚੁਰਲ ਫਿਰ ਰਿਜ਼ਲਟ ਤਾਂ ਅੱਛਾ ਆਏਗਾ। ਦੇਖੋ ਜੀ, ਯੁਵਰਾਜ ਸਿੰਘ ਜੀ ਦਾ ਬੜਾ ਯੋਗਦਾਨ ਹੈ ਇੱਥੇ। ਉਹਨਾਂ ਨੇ ਇਹਨੂੰ ਬਹੁਤ ਟ੍ਰੇਨਿੰਗ ਕਰਾਈ ਆ ਔਰ ਉਹਨਾਂ ਦਾ ਹੀ ਅੱਜ ਤੱਕ ਉਹਨਾਂ ਕਰਕੇ ਹੀ ਇੰਨਾ ਵੱਡਾ ਰਿਜ਼ਲਟ ਆਇਆ। ਔਰ ਉਹਨਾਂ ਨੇ ਆਪਣੀ ਪੂਰੀ ਜਿੰਨੀ ਵੀ ਉਹਨਾਂ ਦੀ ਟੀਮ ਹੈ ਇੱਕ, ਜਿਹੜੀ ਯੁਵਰਾਜ ਸਿੰਘ ਨੂੰ ਟ੍ਰੇਨਿੰਗ ਕਰਾਉਂਦੀ ਸੀ, ਕੋਈ ਰਨਿੰਗ ਕਰਾਉਂਦੀ ਸੀ, ਕੋਈ ਮੈਡੀਟੇਸ਼ਨ ਕਰਾਉਂਦੇ ਸੀ, ਸਵਿਮਿੰਗ ਕਰਾਉਂਦੇ ਸੀ, ਜਿੰਮ ਕਰਾਉਂਦੇ ਸੀ, ਉਹਨਾਂ ਨੇ ਆਪਣੀ ਸਾਰੀ ਟੀਮ ਇਹਦੇ ਨਾਲ ਲਾਈ ਸੀ ਔਰ ਟਾਈਮ ਟੂ ਟਾਈਮ ਸਾਰੀ ਪ੍ਰੈਕਟਿਸ ਉਹ ਕਰਾਉਂਦੇ ਸੀ ਔਰ ਉਹ ਖੁਦ ਆਪ ਉੱਪਰ ਖਲੋ ਕੇ ਇਹਨੂੰ ਬੜੀ ਬੈਟਿੰਗ ਕਰਾਉਂਦੇ ਸੀ ਔਰ ਇਹਦੀ ਹਰ ਗਲਤੀ ਨੂੰ ਦੱਸਣਾ, ਫਿਰ ਇਹਨੂੰ ਇੰਟਰਨੈਸ਼ਨਲ ਲੈਵਲ ਦਾ ਐਕਸਪੀਰੀਅੰਸ ਦੇਣਾ ਔਰ ਹਰ ਸਟਾਈਲ ਦੱਸਣਾ। ਔਰ ਉਹਨਾਂ ਨੇ ਹਰ ਟਾਈਮ ਇਹਨੂੰ ਆਪਣੇ ਕੋਲ ਫੋਨ ਕਰਕੇ ਪੁੱਛਣਾ, ਅਗਰ ਬਾਹਰ ਵੀ ਗਏ ਸੀ ਨਾ ਉੱਥੋਂ ਵੀ ਫੋਨ ਕਰਕੇ ਪੁੱਛਣਾ ਵੀ ਅੱਜ ਤੇਰਾ ਕੀ ਸ਼ਡਿਊਲ ਹੈ। ਸੈਕਿੰਡ, ਉਹਨਾਂ ਨੇ ਆਪਣਾ ਸ਼ਡਿਊਲ ਜਦੋਂ ਬਾਹਰ ਆਉਣਾ ਅਤੇ ਅਗਰ ਕਹਿੰਦਾ ਅਭਿਸ਼ੇਕ ਅੱਜ ਫਰੀ ਹੈਗਾ,
ਅਤੇ ਉਹਨਾਂ ਨੇ ਆਪਣੇ ਫਾਦਰ ਸਾਹਿਬ ਦੀ ਵੀ ਡਿਊਟੀ ਲਗਾਈ ਸੀ ਯੋਗਰਾਜ ਸਿੰਘ ਜੀ ਦੀ, ਜਿਹੜੇ ਬੜੇ ਵਧੀਆ ਕੋਚ ਨੇ, ਉਹਨਾਂ ਕੋਲ ਬਹੁਤ ਭੰਡਾਰ ਆ ਕੋਚਿੰਗ ਦਾ। ਉਹਨਾਂ ਨੇ ਇਹਨੂੰ ਆਪਣੇ ਕੋਲ ਬੁਲਾ ਕੇ ਟ੍ਰੇਨਿੰਗ ਕਰਾਉਂਦੇ ਸੀ, ਫਿਰ ਜਦੋਂ ਫ੍ਰੀ ਟਾਈਮ ਹੁੰਦਾ ਸੀ ਉਹਨਾਂ ਕੋਲ ਚਲ ਜਾਂਦਾ ਸੀ, ਜਾਂ ਯੁਵਰਾਜ ਸਿੰਘ ਜੀ ਕਿਤੇ ਵੀ ਹੁੰਦੇ ਸੀ ਨਾ ਉਹਨੂੰ ਆਪਣੇ ਕੋਲ ਬੁਲਾ ਲੈਂਦੇ ਸੀ ਜਦੋਂ ਇਹ ਫ੍ਰੀ ਹੁੰਦਾ ਸੀ। ਔਰ ਉਹਨਾਂ ਨੇ ਬੜੀ ਦੂਰ ਦੂਰ ਵੀ ਇਹਨੂੰ ਟ੍ਰੇਨਿੰਗ ਕਰਾਈ, ਕਦੀ ਚੇਨਈ 'ਚ, ਕਦੀ ਗੋਵਾ, ਕਦੀ ਦੁਬਈ, ਕਦੀ ਬੰਬੇ, ਕਦੀ ਗੁੜਗਾਓਂ, ਇੱਦਾਂ ਹਰ ਡਿਫਰੈਂਸ ਗਰਾਊਂਡਾਂ 'ਚ ਇਹਨੂੰ ਪ੍ਰੈਕਟਿਸ ਕਰਾਉਂਦੇ ਸੀ। ਔਰ ਉਹ ਪ੍ਰੈਕਟਿਸ ਜਿਹੜੀ ਹਾਰਡਵਰਕ ਕਰਾਇਆ ਉਹਦਾ ਰਿਜ਼ਲਟ ਆਇਆ। ਮੈਂ ਉਹਨਾਂ ਦਾ ਥੈਂਕਸ ਕਰਦਾ, ਉਹਨਾਂ ਦਾ ਹੱਥ ਜੋੜ ਕੇ ਨਮਸਕਾਰ ਕਰਦਾ ਕਿ ਐਡੇ ਵੱਡੇ ਮਹਾਨ ਪਲੇਅਰ ਜਿਹੜੇ ਜਿਨ੍ਹਾਂ ਨੇ ਵਰਲਡ 'ਚ ਨਾਂ ਪੈਦਾ ਕੀਤਾ ਯੁਵਰਾਜ ਸਿੰਘ ਜੀ, ਉਹ ਮੇਰੇ ਬੇਟੇ ਨੂੰ ਟ੍ਰੇਨਿੰਗ ਕਰਾਉਂਦੇ ਪਏ, ਨੈਚੁਰਲ ਫਿਰ ਰਿਜ਼ਲਟ 'ਤੇ ਅੱਛਾ ਆਏਗਾ ਜੀ।